ਅੱਜ ਹੈ ਨਵੰਬਰ 29 ਤਰੀਕ ਤੇ ਸਾਰੇ ਨੂੰ ਮੇਰਾ ਸਤਿ ਸ਼੍ਰੀ ਅਕਾਲ। ਬਹੁਤ ਚਿਰਾਂ ਬਾਅਦ ਇੱਕ ਸਪਾਊਸ ਵੀਜ਼ਾ ਐਪਲੀਕੇਸ਼ਨ ਜਿਹੜੀ ਇਨਵੈਂਟੋਰੀ ਹੈ ਜਿਹੜੀ ਕਾਫੀ ਕੁਝ ਐਪਲੀਕੇਸ਼ਨ ਬੈਕਅਪ ਚੱਲ ਰਹੀ ਸੀ ਕੋਵਿਡ ਟਾਈਮ ਤੋਂ ਤੇ ਅੱਜ ਲੱਗ ਰਿਹਾ ਹੈ ਕੰਸਲਟੈਂਟ ਦੀ ਖਬਰ ਆ ਰਹੀ ਹੈ। ਲੋਕ ਵੀ ਧੜ ਧੜ ਯੂਟਿਊਬ ਤੇ ਫੇਸਬੁੱਕ ਇੰਸਟਾਗ੍ਰਾਮ ਤੇ ਪੋਸਟ ਕਰ ਰਹੇ ਕਿ ਮੇਰਾ ਇੰਟਰਵਿਊ ਆਇਆ। ਅਗਰ ਤੁਹਾਡਾ ਇੰਟਰਵਿਊ ਆਇਆ ਤੇ ਤੁਸੀਂ ਆਪਣਾ ਇੰਟਰਵਿਊ ਦਾ ਜਿਹੜੀ ਰਿਕੁਐਸਟ ਹੈ ਉਹਦੀ ਵਰਡਿੰਗ ਚੈੱਕ ਕਰੋ, ਮੈਂ ਸਕਰੀਨ ਤੇ ਸ਼ੋ ਕਰ ਰਿਹਾ। ਅਗਰ ਜੇ ਉਹਨਾਂ ਨੇ ਸੈਕਸ਼ਨ 43-40 ਦਾ ਇੱਕ ਮਿਸ ਰੈਪ੍ਰੈਜੈਂਟੇਸ਼ਨ ਕਲੋਜ਼ ਪਾਇਆ ਕਿ ਜੇ ਅਗਰ ਜੈਨੂਇਨ ਤੁਹਾਡੀ ਅਗਰ ਮੈਰਿਜ ਨਹੀਂ ਨਿਕਲੀ ਅਕੋਰਡਿੰਗ ਟੂ ਦੈਮ ਤੇ ਅਸੀਂ ਤੁਹਾਨੂੰ ਬੈਨ ਵੀ ਕਰ ਸਕਦੇ ਹਾਂ। ਸੋ ਥੋੜ੍ਹਾ ਜਿਹਾ ਸਚੇਤ ਹੋਣ ਦੀ ਲੋੜ ਹੈ ਕਿ ਵੀ ਇੰਟਰਵਿਊ ਆਉਣ ਦਾ ਮਤਲਬ ਹੀ ਹੈ ਕਿ ਵੀ ਕੋਈ ਚੀਜ਼ ਉਹਨਾਂ ਨੂੰ ਕਲੀਅਰ ਨਹੀਂ ਹੈ। ਸੋ ਜੇ ਤੁਸੀਂ ਜਾ ਰਹੇ ਹੋ ਜੇ ਤੁਹਾਡੇ ਕੋਲ ਆਪਣੇ ਸਾਰੇ ਪੱਕੇ ਸਬੂਤ ਨਹੀਂ ਹੈ, ਤੁਹਾਡੀ ਕਹਾਣੀ ਬਿਲਕੁਲ ਕਲੀਅਰ ਨਹੀਂ ਹੈ, ਸੋ ਅਗਰ ਜੇ ਰਿਫਿਊਜ਼ ਹੋ ਗਿਆ ਤਾਂ ਤੁਹਾਨੂੰ ਬੈਨ ਵੀ ਲਾ ਦੇਣਗੇ। ਮੇਰੀ ਐਡਵਾਈਸ ਸਾਰਿਆਂ ਨੂੰ ਇਹ ਹੈ ਕਿ ਵੀ ਤੁਸੀਂ ਆਪਣੇ ਕੰਸਲਟੈਂਟ ਲਾਇਰ ਨੂੰ ਕੰਟੈਕਟ ਕਰਕੇ ਆਪਣੇ ਇੱਕ ਵਾਰ ਇੰਟਰਵਿਊ ਦੀ ਕੋਚਿੰਗ ਕਰ ਲਓ, ਪ੍ਰੈਕਟਿਸ ਕਰ ਲਓ ਕੁਐਸਚਨ ਐਂਡ ਆਨਸਰ। ਯੂ ਨੈਵਰ ਨੋ ਕਿ ਤੁਹਾਨੂੰ ਕੀ ਕੁਐਸਚਨ ਪੁੱਛਿਆ ਜਾਏ। ਇਟ ਇਜ਼ ਬੈਟਰ ਟੂ ਨੋ ਕਿ ਪਹਿਲਾਂ ਪਤਾ ਹੋ ਜਾਏ ਕਿ ਵੀ ਹਾਂ ਇਹ ਸਵਾਲ ਪੁੱਛੇ ਜਾ ਸਕਦੇ ਹੈ ਤੇ ਤੁਹਾਡੇ ਕੋਲ ਇੱਕ ਜਵਾਬ ਹੋਏਗਾ। ਇਦਾਂ ਨਾ ਹੋ ਕਿ ਤੁਸੀਂ ਉੱਥੇ ਪਹੁੰਚੋ ਤੇ ਤੁਹਾਨੂੰ ਸਮਝ ਹੀ ਨਾ ਆਇਆ ਕਿ ਵੀ ਇਹਦਾ ਜਵਾਬ ਕਿਵੇਂ ਦੇਣਾ। ਸੋ ਨਹੀਂ ਤੇ ਫਿਰ ਉਹ ਸੈਕਸ਼ਨ 40 ਲਾ ਕੇ ਤੁਹਾਨੂੰ 5 ਸਾਲ ਲਈ ਬੈਨ ਕਰ ਸਕਦੇ ਹੈ। ਸੋ ਇਹੀ ਮੇਰਾ ਸੁਨੇਹਾ ਤੇ ਇੱਕ ਤੁਹਾਨੂੰ ਮੈਂ ਸਕਰੀਨ ਤੇ ਸ਼ੋ ਕਰ ਰਿਹਾ ਕਿ ਇਸ ਤਰ੍ਹਾਂ ਦਾ ਲੈਟਰ ਕਾਫੀ ਨੂੰ ਆਇਆ। 4 ਕਲਾਇੰਟਸ ਤੇ ਮੈਨੂੰ ਪਤਾ ਹੈ ਕਿ ਜਿਨ੍ਹਾਂ ਨੂੰ ਲੈਟਰ ਆਏ ਆ ਉਹ ਇਸ ਤਰ੍ਹਾਂ ਦੀ ਵਰਡਿੰਗ ਯੂਜ਼ ਕਰ ਰਹੇ ਆ। ਸੋ ਵਿਚ ਇਜ਼ ਵੈਰੀ ਵਰੀਸਮ, ਕਿਉਂਕਿ ਇੱਕ ਰਿਫਿਊਜ਼ਲ ਹੋਣਾ ਕੁਝ ਹੋਰ ਚੀਜ਼ ਹੈ ਕਿ ਵੀ ਠੀਕ ਹੈ ਚਲੋ ਮੈਰਿਜ ਜੈਨੂਇਨ ਨਹੀਂ ਹੋਈ, ਮੇਰੀ ਨਹੀਂ ਪ੍ਰੂਫ ਹੋ ਸਕੀ ਅਕੋਰਡਿੰਗ ਟੂ ਵੀਜ਼ਾ ਅਫਸਰ, ਪਰ ਉਹਨੂੰ ਬੈਨ ਕਰਨਾ ਕੁਝ ਹੋਰ ਚੀਜ਼ ਹੈ। ਸੋ ਬੈਨ ਤੋਂ ਬਚਣ ਲਈ ਤੁਹਾਨੂੰ ਪ੍ਰੈਕਟਿਸ ਕਰਨੀ ਜ਼ਰੂਰੀ ਹੈ, ਸਾਰੇ ਸਵਾਲਾਂ ਦੇ ਜਵਾਬ ਆਪਣਾ ਪ੍ਰੈਕਟਿਸ ਕਰਕੇ ਕੋਚਿੰਗ ਕਰਕੇ ਜਿਵੇਂ ਐਗਜ਼ਾਮੀਨੇਸ਼ਨ ਹੁੰਦਾ ਹੈ ਉਸ ਤਰ੍ਹਾਂ ਕਰਕੇ ਜਾਓ ਤਾਂ ਬਚਾਅ ਹੋ ਸਕਦਾ ਹੈ। ਠੀਕ ਹੈ ਜੀ, ਥੈਂਕ ਯੂ ਵੈਰੀ ਮੱਚ। ਜੇ ਤੁਹਾਡਾ ਵੀ ਕਿਸੇ ਦਾ ਇੰਟਰਵਿਊ ਆਇਆ ਤਾਂ ਜ਼ਰੂਰ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ, ਮੈਂ ਈਮੇਲ ਐਡਰੈਸ ਥੱਲੇ ਮੈਂ ਟਾਈਪ ਕਰ ਦੇਣਾ ਆਪਣਾ। ਠੀਕ ਹੈ।